ਸ਼੍ਰੀ ਗਾਲ ਦੋਸਤੋ ਚੈਨਲ ਪੰਜਾਬ ਵੈਤਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਆਉਣ ਵਾਲੇ 48 ਘੰਟੇ ਪੰਜਾਬ ਦੇ ਵਿੱਚ ਭਾਰੀ ਮੀਂਹ ਅਤੇ ਤਬਾਹੀ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਇਸ ਵੇਲੇ ਦੀ ਵੱਡੀ ਖਬਰ ਮੌਸਮ ਵਿਭਾਗ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਮਾਰਚ ਮਹੀਨਾ ਅੱਧਾ ਲਗਭਗ ਨਿਕਲ ਚੁੱਕਾ ਹੈ ਜੀ ਅੱਧੇ ਦਿਨ ਬਾਕੀ ਹਨ ਲਗਭਗ 30 31 ਮਾਰਚ ਤੱਕ ਗਰਮੀ ਦਾ ਪ੍ਰਭਾਵ ਕਿੰਨਾ ਵਧੇਗਾ ਇਸ ਸਬੰਧੀ ਨਵੀਂ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਅਨੁਮਾਨ ਦੇ ਆਧਾਰ ਤੇ ਜਾਣਕਾਰੀ ਹੈ ਇਸ ਬਾਰੇ ਤੁਹਾਨੂੰ ਵਿਸਥਾਰ ਦੇ ਵਿੱਚ ਜਾਣਕਾਰੀ ਦੇਣ ਜਾ ਰਹੇ ਹਾਂ ਤੁਹਾਨੂੰ ਦੱਸ ਦਿਆਂ ਕਿ ਆਉਣ ਵਾਲੇ ਦਿਨਾਂ ਵਿੱਚ ਗਰਮੀ ਦਾ ਪ੍ਰਭਾਵ ਕਿੰਨਾ ਜ਼ਿਆਦਾ ਵਧੇਗਾ ਕਿਉਂਕਿ ਸਮੇਂ ਤੋਂ ਪਹਿਲਾਂ ਗਰਮੀ ਪੰਜਾਬ ਦੇ ਵਿੱਚ ਵਧਣੀ ਸ਼ੁਰੂ ਹੋਊਗੀ ਇਸ ਦੇ ਨਾਲ ਹੀ ਮੌਸਮ ਵਿੱਚ ਵੀ ਥੋੜਾ ਬਹੁਤਾ ਬਦਲ ਜਾਵੇਗਾ ਪਹਿਲਾ ਆਪਾਂ ਗਰਮੀ ਦੀ ਗੱਲ ਕਰਦੇ ਹਾਂ ਜਿਸ ਨਾਲ ਜੋ ਗਰਮੀ ਉਸ ਸਮੇਂ ਤੋਂ ਪਹਿਲਾਂ ਵਧ ਗਈ ਹੈ ਮਾਰਚ ਦੇ ਮਹੀਨੇ ਦੇ ਸ਼ੁਰੂਆਤੀ ਦਿਨਾਂ ਵਿੱਚ ਤੁਹਾਨੂੰ ਦੱਸਿਆ ਸੀ ਕਿ ਇਸ ਸਾਲ ਗਰਮੀ ਸਮੇਂ ਤੋਂ ਪਹਿਲਾਂ ਪੰਜਾਬ ਦੇ ਵਿੱਚ ਆਪਣਾ ਪ੍ਰਭਾਵ ਦਿਖਾਉਣਾ ਸ਼ੁਰੂ ਕਰ ਦੇਵੇਗੀ ਉਸੇ ਤਰ੍ਹਾਂ 15 ਮਾਰਚ ਦੇ ਕਰੀਬ ਪੰਜਾਬ ਦਾ ਜੋ ਟੈਂਪਰੇਚਰ ਇਹੋ ਲਗਭਗ ਆਪਾਂ 34 35 ਦੇ ਕੁਝ ਹਿੱਸਿਆਂ ਵਿੱਚ 36 ਡਿਗਰੀ ਦੇ ਆਸ-ਪਾਸ ਵੇਖਣ ਨੂੰ ਮਿਲ ਰਿਹਾ ਜੋ ਕਿ ਨਾਰਮਲ ਦੇ ਮੁਕਾਬਲੇ 5 ਡਿਗਰੀ ਤੋਂ ਵੱਧ ਹੈ ਸੋ 5 ਡਿਗਰੀ ਤੋਂ ਜ਼ਿਆਦਾ ਹੈ ਜੇ ਆਪਾਂ ਪਿਛਲੇ ਸਾਲ 2021 ਦੀ ਗੱਲ ਕਰੀਏ ਤਾਂ 2021 ਵਿੱਚ 15 ਟੈਂਪਰੇਚਰ ਸੀ ਜੋ ਕਿ 31 32 ਡਿਗਰੀ ਇਸ ਵੇਲੇ 35 36 ਡਿਗਰੀ ਪਾਵ ਕੇ 4-5 ਡਿਗਰੀ ਟੈਂਪਰੇਚਰ ਜ਼ਿਆਦਾ ਚੱਲ ਰਿਹਾ ਹੈ ਪਿਛਲੇ ਸਾਲ ਦੇ ਨਾਲੋਂ ਵੱਧ ਗਰਮੀ ਪੰਜਾਬ ਦੇ ਵਿੱਚ ਇਸ ਵਾਰ ਪੈ ਰਹੀ ਹੈ ਆਪਾਂ ਇਸ ਦਾ ਪ੍ਰਭਾਵ ਸਿੱਧੇ ਰੂਪ ਦੇ ਵਿੱਚ ਫਸਲਾਂ ਉੱਤੇ ਵੀ ਵੇਖਣ ਨੂੰ ਮਿਲ ਰਿਹਾ ਹੈ ਕਿਤੇ ਨਾ ਕਿਤੇ ਮਾੜਾ ਪ੍ਰਭਾਵ ਸਮੇਂ ਤੋਂ ਪਹਿਲਾਂ ਗਰਮੀ ਫਾਸਲਾ ਦੇ ਉੱਪਰ ਦਿਖਾ ਸਕਦੀ ਆ ਬਾਕੀ ਦੀ ਪੂਰੀ ਜਾਣਕਾਰੀ ਤੁਸੀਂ ਚੈਨਲ ਦੇ ਪਾਈ ਹੋਈ ਵੱਡੀ ਵੀਡੀਓ ਚੋਂ ਦੇਖ ਸਕਦੇ ਹੋ ਧੰਨਵਾਦ